ਔਖੇ ਸੌਖੇ ਬੈਠੇ ਰਹੋ, ਬੜੀ ਮਿਹਰਬਾਨੀ। ਸਾਲ ਪਿੱਛੂ ਇਹ ਸਾਥ ਆਉਣੀ ਹੈ। ਜ਼ਾਕਿਰ ਅਲ ਬੈਤ ਹਮਾਦ ਰਜ਼ਾ ਸਾਹਿਬ ਤੁਹਾਡੇ ਹਵਾਲੇ ਅਤੇ ਤੁਸੀਂ ਅੱਲਾ ਦੇ ਹਵਾਲੇ, ਠੀਕ ਹੈ। ਹਾਂ, ਜਗ ਸਾਹਿਬ ਵੀ ਪਹੁੰਚ ਗਏ। ਚਲੋ, ਅੱਲਾ ਪੰਚਨ ਪਾਕ ਸਾਰੇ ਜ਼ਾਕਿਰ ਨੂੰ ਖੈਰ ਵਫੀਅਤ ਨਾਲ ਪਹੁੰਚਾ। ਨਾਰੇ ਤਕਬੀਰ, ਮਾਸ਼ਾ ਅੱਲਾ, ਕਾਫੀ ਸਾਰਾ ਮਜਮਾ ਹੈ। ਅਲੀ ਬਾਦਸ਼ਾਹ ਦੇ ਖਾਲਿਕ ਦਾ ਨਾਂ ਬਹੁਤ ਬੁਲੰਦ ਹੈ, ਜਿਵੇਂ ਬੁਲੰਦ ਜਿਵੇਂ ਬੁਲੰਦ ਚਾਹੋ। ਨਾਰੇ ਤਕਬੀਰ, ਨਾਰੇ ਰਿਸਾਲਤ, ਮਾਸ਼ਾ ਅੱਲਾ, ਸਾਰੇ ਜ਼ੁਬਾਨ ਦੀ ਪਾਕੀਜ਼ਗੀ ਵਾਸਤੇ ਤਿਲਾਵਤ ਫਰਮਾਓ। ਨਾਰੇ ਰਿਸਾਲਤ, ਨਾਰੇ ਹੈਦਰੀ, ਦੂਜਾ ਨਾਰਾ ਹੈਦਰੀ, ਤੀਜਾ ਨਾਰਾ ਹੈਦਰੀ, ਚੌਥਾ ਨਾਰਾ ਹੈਦਰੀ, ਪੰਜਵਾਂ ਨਾਰਾ ਹਲਾਲੀ ਮਵਾਲੀ ਹੱਥ ਚੌਂਕ ਲੇਕਿਨ ਜਬ ਤੱਕ ਆਵਾਜ਼ ਜੈ ਜ਼ੁਰਤ ਨਾਲ ਹੈਦਰੀ। ਹੁਸੈਨੀਅਤ, ਹੁਸੈਨੀਅਤ, ਯਜ਼ੀਦੀਅਤ, ਯਜ਼ੀਦੀਅਤ, ਅਹਿਲੇ ਬੈਤ ਦੇ ਦੁਸ਼ਮਣ ਤੇ ਲਾਨਤ, ਪੰਜਾਬਾਂ ਨਾਲ ਚੌਦਾਂ ਦੇ ਮੁਨਕਰਾਂ ਤੇ ਲਾਨਤ, ਮੁਰਸ਼ਦਾਦੀ ਦਾ ਦਿਲ ਦੁਖਾਣ ਵਾਲਿਆਂ ਤੇ ਲਾਨਤ, ਜ਼ਬਾਨਾਂ ਮੁਅੱਤਰ ਕਰੋ ਸਲਵਾਤ, ਸਾਰੇ ਸਾਹਿਬਾਨ ਬੁਲੰਦ ਆਵਾਜ਼ ਨਾਲ ਆਲੇ ਮੁਹੰਮਦ ਦੀ ਜ਼ਾਤ ਤੇ ਤਿਲਾਵਤ ਫਰਮਾਓ। ਨਾ ਚੌਖੇ ਸਾਰੇ ਬੰਦੇ ਬੈਠੇ ਹੋ, ਜਸ਼ਨ ਵਾਲੀ ਸਲਵਾਤ ਪੜੋ ਸਾਰੇ ਰਲ ਕੇ, ਮਿਹਰਬਾਨੀ ਕਰੋ ਜੀ। ਦੁਆ ਹੈ ਮਾਲਿਕ ਸਰਦਾਰ ਸਾਹਿਬ ਦੀ ਮਿਹਨਤ ਇੱਕ ਕਾਵਿਸ਼ ਆਪਣੀ ਬਾਰਗਾਹ 'ਚ ਕਬੂਲ ਮਨਜ਼ੂਰ ਫਰਮਾ। ਸਾਰੇ ਅਮੀਨ ਰਲ ਕੇ ਉੱਚੀ ਆਵਾਜ਼ ਨਾਲ ਆਖਿਆ, ਤੁਹਾਡੇ ਸਭ ਮੋਮਿਨੀ ਮੋਮਿਨਾਤ ਦਾ ਇੱਕ ਇੱਕ ਕਦਮ ਦਾ ਟੁਰਾਇਆ, ਬਾਦਸ਼ਾਹ ਹੁਸੈਨ ਇੱਜ਼ਤ ਵਾਲੇ ਦਰਬਾਰ 'ਚ ਕਬੂਲ ਮਨਜ਼ੂਰ ਫਰਮਾ। ਮੈਂ ਅਕੀਰ ਦੀ ਨੌਕਰੀ, ਮੌਲਾ ਦੇ ਜਿਤਨੇ ਮੱਦਾ ਨੌਕਰੀ ਕਰਕੇ ਗਏ, ਮੇਰੇ ਬਾਅਦ ਜਿਹਨਾਂ ਨੌਕਰੀ ਕਰਨੀ ਮਾਲਿਕ, ਉਹਨਾਂ ਦੀ ਨੌਕਰੀ ਆਪਣੀ ਬਾਰਗਾਹ 'ਚ ਕਬੂਲ ਮਨਜ਼ੂਰ ਫਰਮਾ। ਕਾਫੀ ਸਾਰਾ ਮਜਮਾ ਹੈ, ਆਮੀਨ ਦੀ ਸਦਾ ਬੁਲੰਦ ਹੋਣੀ ਚਾਹੀਦੀ ਹੈ। ਕੋਈ ਵੇਲਾ ਕਬੂਲੀਅਤ ਆਉਂਦੇ, ਦੁਆਵਾਂ ਕਬੂਲ ਹੋ ਜਾਂਦੀਆਂ। ਮਾਲਿਕ ਮੇਰੇ ਇਕੱਲੇ ਦੀ ਨਹੀਂ, ਹਰ ਅਲੀ ਵਲੀ ਉੱਲਾ ਪੜਨ ਵਾਲੇ ਦੀ ਹਸਰਤ ਹੈ, ਮੁਹੰਮਦ ਦੀ ਧੀ ਦਾ ਰੋਜ਼ਾ ਸੋਹਣਾ ਬਣੇ। ਗੱਠਬੰਧਨ ਆਮੀਨ ਆਖੀਏ, ਮੁਹੰਮਦ ਦੀ ਧੀ ਦਾ ਰੋਜ਼ਾ ਸੋਹਣਾ ਬਣੇ। ਸਾਰੀਆਂ ਦੁਆਵਾਂ ਦੀ ਆਖਰੀ ਦੁਆ, ਮਾਲਿਕ ਅਸੀਂ ਵਾਰਿਸ ਰੱਖਦੇ ਹਾਂ, ਬੇਵਾਰਿਸਾਂ ਵਾਂਗੂ ਜੀਂਦੇ ਪਿਆ, ਸਾਨੂੰ ਪਰਦੇ ਵਾਲੇ ਵਾਰਿਸ ਦੀ ਜ਼ਿਆਰਤ ਨਸੀਬ ਫਰਮਾ। ਇੱਕ ਸਲਵਾਤ ਐਸੀ ਪੜੋ ਜੋ ਆਲੇ ਮੁਹੰਮਦ ਦਾ ਖਾਲਿਕ ਰਾਜ਼ੀ ਹੋ ਜਾਵੇ। ਬੁਲੰਦ ਆਵਾਜ਼ ਨਾਲ ਸਲਵਾਤ ਕਾਫੀ ਸਾਰੇ ਬੰਦੇ ਮੌਜੂਦ ਹੋ ਤੇ ਜਸ਼ਨ ਵਾਲੀ ਸਲਵਾਤ ਪੜੋ, ਬੁਲੰਦ ਸਲਵਾਤ ਪੜੋ ਸਾਰੇ। ਸਭ ਤੋਂ ਪਹਿਲੇ ਤਮਾਮ ਆਜ਼ਾਦਾਨਾਂ ਨੇ ਮਜ਼ਲੂਮ ਕਰਬਲਾ ਸ਼ਬੀਰ ਮੌਲਾ ਦੇ ਮਾਤਮੀਆਂ ਨੂੰ ਬਾਦਸ਼ਾਹ ਦਾ ਨਜ਼ੂਲ ਮੁਬਾਰਕ ਹੋਵੇ। ਖੈਰ ਮੁਬਾਰਕ ਜੀ, ਬਿਸਮਿਲ੍ਲਾ ਕਰਾਂ ਮੈਂ ਕਿਹਾ ਜੀ ਮੁਬਾਰਕ ਹੋਏ, ਵਿੱਚੋਂ ਸੱਤ ਕੁ ਬੰਦੇ ਆਖਿਆ ਇਲਾਹੀ ਅਮੀਨ। ਮੈਂ ਬਿਸਮਿਲ੍ਲਾ ਕਰਾਂ, ਮਾਲਿਕ ਤੁਹਾਨੂੰ ਸਲਾਮਤ ਰੱਖਣ ਬਾਈ, ਇਜਾਜ਼ਤ ਤੇਰੀ ਜਸ਼ਨ ਮਨਾਈਏ। ਮਰਦੀ ਹੈ ਜੀ, ਜਿਹੜੇ ਘਰੋਂ ਇਸ ਨੀਅਤ 'ਤੇ ਆਇਓ ਕਿ ਜੋਲੀ ਬਰ ਕੇ ਘਰ ਜਾਣਾ, ਮਨਾਈਏ ਜਸ਼ਨ ਜੀ। ਬਾਦਸ਼ਾਹ ਦੀ ਫਰਮਾਨ ਤੋਂ ਮੈਂ ਜਸ਼ਨ ਦਾ ਆਗਾਜ਼ ਮੈਂ ਕਰਦਾ। ਅਹਿਲੇ ਮਾਰਫਤ ਤਸ਼ਰੀਫ ਫਰਮਾਓ, ਅਗਰ ਇਹ ਬਾਤ ਦੀ ਸਮਝ ਆ ਗਈ, ਹੋ ਸਕਦਾ ਮੇਰੇ ਹਿੱਸੇ ਦਾ ਜਸ਼ਨ ਇੱਥੇ ਹੋ ਜਾਵੇ। ਮਾਸੂਮ ਤੇ ਕਿਸੇ ਬੰਦੇ ਸਵਾਲ ਕੀਤਾ, ਮੌਲਾ ਗੁਨਾਹ ਕਿਆ ਹੈ? ਗੌਰ ਹੈ ਜਨਾਬ ਦਾ ਮੇਰੇ ਪਾਸ। ਮਾਸੂਮ ਤੇ ਕਿਸੇ ਬੰਦੇ ਸਵਾਲ ਕੀਤਾ, ਮੌਲਾ ਬੋਲੋ ਗੁਨਾਹ ਕਿਆ ਹੈ? ਜਿਹੜਾ ਬੰਦਾ ਅਲੀ ਦੇ ਪੁੱਤਰਾਂ ਦਾ ਟੁੱਕਰ ਖਾਂਦੇ ਸਰ ਚਾਵੇ, ਮੌਲਾ ਗੁਨਾਹ ਕਿਆ ਹੈ? ਮਾਸੂਮ ਬੜਾ ਹੀ ਮੁਸਕਰਾਏ ਔਰ ਇਸ ਬੰਦੇ ਦੇ ਪਾਸ ਵੇਖ ਪਿਆ, ਦਿਨ ਯਾਦ ਰੱਖਣਾ, ਅਕਲ ਕੇ ਹੋਤੇ ਹੋਏ ਹਮਾਰੀ ਮਾਰਫਤ ਕਾ ਨਾ ਹੋਣਾ ਹੀ ਗੁਨਾਹ ਹੈ। ਮਾਲਿਕ ਤੁਹਾਨੂੰ ਸਲਾਮਤ ਰੱਖਣ। 5 ਘੰਟੇ ਜਿਹੜੀ ਜ਼ੁਬਾਨ ਫੋਨ 'ਤੇ ਚੱਲਦੀ, ਅਲੀ ਦੇ ਪੁੱਤਰ ਦਾ ਜਸ਼ਨ ਹੋਵੇ, ਬੰਦਾ ਜ਼ੁਬਾਨ ਨੂੰ ਜ਼ਹਿਮਤ ਹੀ ਨਾ ਦੇਵੇ, ਸ਼ਿਮਰ ਤੋਂ ਵੀ ਕੌੜਾ ਲੱਗਦਾ ਹੈ। ਚਿਹਰੇ 'ਤੇ ਐਸੀ ਰੌਣਕ ਹੋਵੇ, ਪਤਾ ਲੱਗੇ ਕਾਇਨਾਤ ਵਾਲੇ ਨੂੰ, ਬੰਦਿਆਂ ਨੂੰ ਪਤਾ ਲੱਗੇ ਤੁਹਾਡੇ ਪੀਰ ਦਾ ਨਜ਼ੂਲ ਹੈ। ਮੇਰੀ ਕੋਸ਼ਿਸ਼ ਹੁੰਦੀ ਬਾਈ ਜਾਨ, ਕੋਈ ਜਸ਼ਨ ਹੋਵੇ, ਕੋਈ ਮਜਲਿਸ ਹੋਵੇ, ਕੋਈ ਐਸੀ ਚੀਜ਼ ਬਣਾ ਜੋ ਮੈਸੇਜ ਹੋਵੇ। 4 ਮਿਸਰੇ ਪੜ੍ਹ ਕੇ ਮੈਂ ਵੇਖਣ ਲੱਗਾ ਮਾਤਮੀ ਕਿਤਨੀ ਖੈਰਾਤ ਦਿੰਦੇ ਨੇ, ਜਸ਼ਨ ਦਾ ਆਗਾਜ਼ ਹੋ ਗਿਆ। ਸਵਾਲ ਕਰ ਸਕਦੇ ਹਮਾਦ ਹੁਸੈਨ ਦਾ ਜ਼ਾਕਿਰੇ, ਕੋਈ ਐਸਾ ਅਮਲ ਦੱਸ ਜਿਹੜਾ ਅੱਲਾ ਨੂੰ ਚੰਗਾ ਲੱਗਦਾ ਹੋਵੇ। ਲੋ 4 ਮਿਸਰੇ, ਹੱਥ ਬੁਲੰਦ ਕਰਨ ਨਾਲ ਵਕਤ ਬੁਲੰਦ ਹੁੰਦਾ ਹੈ। 4 ਮਿਸਰੇ ਪੜ੍ਹ ਕੇ ਚੈੱਕ ਕਰਨ ਲੱਗਾ ਮਾਤਮੀ ਕਿਤਨੀ ਖੈਰਾਤ ਦਿੰਦੇ ਨੇ, ਸਰ ਜਾਣਾ ਨਾ ਜਾਣੇ ਕਿਤਨਾ ਖੁਦਾ ਕੋ ਪਸੰਦ ਹੈ ਇਹ ਅਮਲ। ਜਿਹੜੇ ਬੰਦੇ ਲਫ਼ਜ਼ ਨਾਲ ਪਿਆਰ ਕਰਦੇ ਹੋ, ਬਾਈ ਸਰ ਜਾਣਾ ਪਿਛਲੇ ਤੁਹਾਡੀ ਤੱਕ ਤਿਆਂ, ਨਾ ਜਾਣੇ ਕਿਤਨਾ ਖੁਦਾ ਕੋ ਪਸੰਦ ਹੈ ਇਹ ਅਮਲ। ਉਹ ਬੋਲੇ ਜਿਹਦਾ ਬੋਲਣ ਅਲੀ ਦੇ ਬਾਬੇ ਨੂੰ ਚੰਗਾ ਲੱਗੇ, ਸਰ ਜਾਣਾ ਨਾ ਜਾਣੇ ਕਿਤਨਾ ਖੁਦਾ ਕੋ ਪਸੰਦ ਹੈ ਇਹ ਅਮਲ। ਇਬਾਦਤੋਂ ਕਾ ਵੀ ਚਿਹਰਾ ਖੁਸ਼ੀ ਸੇ ਖਿਲਤਾ ਹੈ,
और तबर्रा करता हूँ जब तेरे कातिलों पे हुसैन, नमाज से भी ज्यादा सुकून मिलता है। ए मैं यार भाई थोड़ा भाई क्या बात है, तबर्रा करता हूँ जब तेरे कातिलों पे हुसैन, नमाज से भी ज्यादा सुकून। बोलो जेड़ा बंदा चुप तक आप जितना आए को माफी मिले। तबर्रा करता हूँ जब तेरे कातिलों पे हुसैन, नमाज से भी ज्यादा सुकून। किबला अली बादशाह नौकर, अली बादशाह मलंग, तुझे वेखना मेरे पास जी, मेरी तस्वीर बनती पी है, मैं थोड़े वास्ते आया जी, बड़ी मेहरबानी। अली बादशाह नौकर, अली बादशाह मलंग, गलिया कूचे मजार अली अली करता जा रहे। हूँ जे अली नौकर बैठे, मासूम परमेंद्र जुबान हो चंगी जी, मस्जिद बोल रही है साढ़े जिक्र बोल रहे, मैं भी पता लगे ना जी, मैं जशन पढ़ता पाया तो जशन मना भी रहा ना। दाद बेशक नहीं देनी, पैड़ी शक्ल बना के जाकर नहीं देना, हाथ बदी खलोता ने, बड़ी मेहरबानी। अली बादशाह द नौकर गलियां कूचियां बदारा च किबला अली अली करता जा रहा, चौंक च एक मुला खलोता सके, ओए तुसी 24 घंटे अली का जिक्र करते रहते हो। अली बादशाह का जरा बंदा टुकर खाते सर चावे, तुम 24 घंटे अली का जिक्र करते रहते हो, तुम्हें भी पता तुम जन्नत जाने या दोजख जाने। मलंग नु जला लाए, इसकी अखे चक पा कहते बकवास बंद कर, इसके लिए लहू की तहारत की शर्त है। अली का नौकर सर जावे ना जी, पिछले थोड़ी तक दे सर जाना, हाथ बुलंद कर वक्त बुलंद होंगे। मलंग नु जला लाए, इसकी अखे चक पा कहते बकवास बंद कर, इसके लिए लहू की तहारत की शर्त है। और नारा अली का तुमसे लगाया न जाएगा, और सर पर है मेरे हजरत अब्बास का आलम, वह तो दोजख में मैं तो क्या मेरा साया न जाएगा। हुण बोले हो ना जी, बोलो अली लाल कर अंदर। बहुत मेहरबानी जी, बहुत मेहरबानी जी, ऐसे मौसम थोड़ा इन्ना बोलना सलाम है, मालिक तुम्हें सलामत रख। इसके लिए लहू की तहारत की शर्त है। नारा अली का तुमसे, यार जरे अली दे नौकर बैठे चेहरे ते रौनक रखनी, मैं पहले गल की है ताकि जाकर दा भी दिल करे मस्कीन पढ़े हो। नारा अली का तुमसे लगाया ना जाएगा, और सर पर है मेरे हजरत अब्बास का आलम, दोजख में मैं तो क्या मेरा साया ना जाएगा। कसीदा अज ही मैं लिखवाया तो मैं याद कोई नहीं किया, तो इत्थे पढ़ लगा। तुसी जिन्ने बैठे हो तुसी यही समझने वा मैं याद करन लगा, और ये जनाब दा परेशान तो नहीं हो गए? पांच नारे सुनाओ तो जनाब नूं कसीदा सुनाओ। एक रह गया लाल हो गया, कुछ नहीं होता। किबला कसीदा हसन बादशाह दे सोने पुत्र दे नजूल दा, इजाजत है ना जश्न मनाइए रल। हो अब जश्न मनाना है, मैं किया कि आप जश्न मनाना है। मैं वेखन लगा किबला केड़े केड़े बंदे नू जश्न दी किन्नी किन्नी खुशी चेहरे ते आ जाना है। हम अब जश्न मनाना है, मैं पहली गल की अब जश्न मनाना है, तुझे वेखना मेरे लिबास है, अब जश्न मनाना है। अगली गल क्यों? ओ अब जश्न मनाना है, अब जश्न मनाना है क्यों? तो वेख लगा कितने बंदे मना दे हो? अब जश्न मनाना है, कासिम को जो आना है। गाजी का नौकर बोले ना जी, गाजी जी बोलो नौकर, गाजी दे भाई आबाद रहो, बोलो अली लाल कलंदर। बहुत मेहरबानी, मैं वेख लगा मातमी कितनी खैरात देने। अब जश्न मनाना है, और है जनाब दा पूरा कसीदा बना। अब जश्न मनाना है, कासिम ने जो आना है, अब जश्न मनाना है, कासिम ने जो आना है, अब जश्न।
सामने जो आना है, फरवा की हंसी झोली सरवर का घराना है। भाई क्या बात है, भाई क्या बात है, जिंदाबाद। बोलो हैदर हैदर हैदर। भाई क्या बात है, मालिक दोनों सलामत रखन। इमाम हुसैन बात जाते, बहुत प्यारे मदागान किबला जनाब नहीं दबाज जग साईं, बिस्मिल्लाह जश्न मुबारक हो। मैं बिस्मिल्लाह करा, मनाइए जश्न जी। किबला अब जश्न मनाना है, मेरा हौसला वेख लो, मैं थोड़े सामने खलो के याद करता पे। अब जश्न मनाना है किबला, अब जश्न मनाना है, कासिम ने जो आना है। अब जश्न मनाना है, कासिम ने जो आना है, फरवा की हंसी झोली सरवर का घराना है। पल ये भी सुहाना है, नारा भी लगाना है, पल ये भी सुहाना है, नारा भी लगाना है। हैदर के मलंगों ने मुनकर को जलाना है। भाई क्या बात है, भाई क्या बात है, भाई क्या बात है, बहुत मेहरबानी। मालिक तुहानू सलामत रखन। किबला उत्तों वेख के कसीदा पढ़ता पिया जे, तो पढ़ता भी पहली बार पार सरकार, पहली बार पढ़ता पिया, बहुत मेहरबानी। ऐसी पजीर आई मातमिया, मेरी औकात मेरी हैसियत तू सोना सुने। अब जश्न मनाना है, कासिम ने जवाना है, फरवा की हसी झोली सरवर का घराना। मैंने जिक्र दी इज्जत की कसम, जेडे बंदे नू अपनी चुप ते माण है, मैंने बतूल दे पुत्र ते बड़ा माण। बंदा जमीन अलवेल्ड हो जाए शर्त दिले च 5, 12, 14 की मुहब्बत होवे। हसन दे सोहने पुत्र दा नदूल होया, शेर पढ़ना नहीं अली वाले दे दिलां ते नक्श कर लगा, वेख लगा मातमी कितनी खैरात देंदे। हसन बादशाह दे सोहने पुत्र दा नदूल होया, अकबर दे बाबे कासिम नू हत्थां ते जाया, कासिम नू हत्थां ते जाया। मैं शेर पढ़ लगा भाई सर जाना, कासिम नू हत्थां ते जाया, कासिम नू हत्थां ते जाया, पेशानी ते वो सड़ता ते कासिम नाल जिहड़ी गल कीती है। आता है कूड़ा जैसे वैसे ही तू आया, कम तो नहीं झूला तेरा, गाजी ने झूलाया है। भाई क्या बात है, भाई क्या बात है, बोले अल जो ले हो। भाई क्या बात है, बहुत मेहरबानी। मैं बिस्मिल्लाह करा, मैं बिस्मिल्लाह करा, मालिक तुहानू सलामत रखन। लफ्जों की गौर करना भाई जान, एक लादा मैनू वेखी हसी बाद मैंने शेर पढ़ लैन, तेरी मेहरबानी। मौला तेन सलामत रखन। भाई लफ्जों की गौर करना, कायनात की कीमत शेर पढ़ लगा। अकबर दे बाबे कासिम नू हत्थां ते जाए ते कासिम नाल गल कीती है। आता है कूड़ा जैसे वैसे ही तू आया है, कम तो नहीं झूला तेरा, गाजी ने झूलाया है। शबीर के होठों पे कासिम का तराना है, शबीर के होठों पे कासिम का तराना है। तुझ जैसा हसन है, तुझ जैसा ही नाना है। भाई क्या बात, बिस्मिल्लाह करा भाई। याली 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 याली, पिछले बंदे करो मार खार के तो नहीं आए जी, जेडे बंदे चुप बैठे हो तो खुशी नहीं होंगी जश्न की। अच्छा चलो मालिक तुहानू सलामत रख। शेर पढ़ के वेखन लगा कि खुशी है, चेहरे ते रौनक आनी है, तो चेहरे तो पता लगना है कि खुशी है बंदे नू। भाई लफ्जों की गौर करना। अच्छा ये बादशाह दे नजूल का शेर आई किबला, हुण सरकार दे हमले का एक शेर सुना।
ਹੁਣ ਜਿਹੜੇ ਚੁੱਪ ਬੈਠੇ ਨੇ ਬਾਈ ਤੁਹਾਡੀ ਤੱਕ ਧਿਆਨ ਵੇਖਣ ਲੱਗਾ ਕਿਤਨੀ ਖੈਰਾਤ ਦਿੰਦੇ ਇਸ ਨੌਕਰ ਨੂੰ ਮਿਹਨਤ ਪ੍ਰਸਤ ਮਜਮਾ ਸਰ ਜਾਣਾ ਭਾਈ ਹਸਨ ਦਾ ਸੋਹਣਾ ਪੁੱਤਰ ਮੈਦਾਨ 'ਚ ਆਇਆ ਕੀ ਬਲਾ ਸ਼ੇਰ ਸੁਣਨਾ ਮੈਦਾਨ 'ਚ ਆਇਆ ਨੌ ਲੱਖ ਦੀਆ ਕੇ ਚੱਕ ਪਾ ਕੇ ਹਸਨ ਬਾਦਸ਼ਾਹ ਦਾ ਪੁੱਤਰ ਮੁਸਕੁਰਾ ਕੇ ਨੌ ਲੱਖ ਦੀਆ ਕੇ ਚੱਕ ਪਾ ਕੇ ਆਦੇ ਗਾਜ਼ੀ ਸੇ ਦੁਆਲੀ ਹੈ ਆਇਆ ਹੂੰ ਬਲੀ ਬਲ ਕੇ ਅਬਾਸ ਕਾ ਸ਼ਾਗਿਰਦ ਹੂੰ ਲੜਤਾ ਹੂੰ ਅਲੀ ਬਲ ਕੇ ਭਾਈ ਕਿਆ ਬਾਤ ਹੈ ਭਾਈ ਕਿਆ ਬਾਤ ਹੈ ਮਾਲਿਕ ਨੂੰ ਸਲਾਮਤ ਰੱਖਣ ਕਰਾਰ ਕੇ ਪੋਤੇ ਨੇ ਕਿਬਲਾ ਲਫਜ਼ਾਂ ਦੀ ਗੌਰ ਕਰਨਾ ਕਰਾਰ ਕੇ ਪੋਤੇ ਨੇ ਹਮਲਾ ਜੋ ਦਿਖਾਣਾ ਹੈ ਕਰਾਰ ਕੇ ਪੋਤੇ ਨੇ ਹਮਲਾ ਜੋ ਦਿਖਾਣਾ ਹੈ ਖੈਬਰ ਕੇ ਬਘੋੜੋ ਕੋ ਇਸ ਨੇ ਹੀ ਬਗਾਨਾ ਮਾਲਿਕ ਤੁਹਾਨੂੰ ਸਲਾਮਤ ਰੱਖਣ ਇੱਕ ਕਸੀਦਾ ਹੋਰ ਪੜ੍ਹੀਏ ਹੋ ਗਿਆ ਹੋ ਗਿਆ ਕਰਵਾਉਣਾ ਠੀਕ ਜੀ ਇੱਕ ਸਲਵਾਤ ਪੜ੍ਹ ਲਓ ਜੀ ਬੁਲੰਦ ਆਵਾਜ਼ ਨਾ ਨਾ ਸਲੇ ਰਾਮ ਮੁਹੰਮਦ ਬਾਈ ਇੱਕ ਕਸੀਦੇ ਦਾ ਹੁਕਮ ਹੈ ਅਲਹਮਦੁਲਿਲਾ ਰੱਬਿਲ ਆਲਮੀਨ ਬੜਾ ਮੁਤਮੈਨ ਜਿਹਾ ਜ਼ਾਕਿਰ ਹਾਂ ਕਿਬਲਾ ਮੌਜੂਦ ਨੇ ਮਿੰਬਰ 'ਤੇ ਇਹ ਕਸੀਦਾ ਮੁਲਕ 'ਚ ਮੇਰੀ ਪਹਿਚਾਣ ਬਣੇ ਇਸ ਕਸੀਦੇ ਦਾ ਹੁਕਮ ਵੀ ਹੈ ਜੋ ਅਮੀਰ ਮੁਮਕਿਨਾਤ ਬਾਦਸ਼ਾਹ ਦੀ ਸ਼ਾਨ ਦਾ ਕਸੀਦਾ ਸੁਣਾਉਂ ਅਤੇ ਮੈਂ ਵੇਖਣ ਲੱਗਾ ਮਾਤਮੀ ਕਿਤਨੀ ਖੈਰਾਤ ਦਿੰਦੇ ਸਾਰੇ ਦੀ ਮਰਦੀ ਕਸੀਦਾ ਪੜ੍ਹੀਏ ਇੱਕ ਸਲਵਾਤ ਪੜੋ ਬੁਲੰਦ ਆਵਾਜ਼ ਨਾਲ ਸਾਰੇ ਰਲ ਕੇ ਮਸਲਾ ਕੀ ਹੈ ਇੱਕ ਹੋਰ ਸਲਵਾਤ ਪੜ੍ਹ ਲਓ ਵਾਲੇ ਮੁਹੰਮਦ ਦੀ ਜ਼ਾਤ 'ਤੇ ਹੁਣ ਤੁਸੀਂ ਵੇਖਣਾ ਮੇਰੇ ਵਾਲੇ ਪਾਸੇ ਜੀ ਕਸੀਦਾ ਪੜੀ ਆਉ ਅਲੀ ਮੌਲਾ ਅਲੀ ਮੌਲਾ ਜਿਹੜੇ ਬੰਦੇ ਲਫ਼ਜ਼ ਨਾਲ ਪਿਆਰ ਕਰਦੇ ਹੋ ਅਲੀ ਮੌਲਾ ਕਿਬਲਾ ਦੁਆ ਫਰਮਾਣਾ ਸਰ ਅਲੀ ਮੌਲਾ ਅਲੀ ਮੌਲਾ ਕਿਤਨੀ ਖੈਰਾਤ ਦਿੰਦੇ ਹੋ ਕਿਤਨੀ ਦੁਆ ਦਿੰਦੇ ਹੋ ਅਲੀ ਮੌਲਾ ਜ਼ਮਾਨੇ ਮੇਂ ਤੇਰੇ ਇਸ ਘਰ ਕੇ ਕਿਆ ਕਹਿਨੇ ਜਿਹੜੇ ਬੋਲੇ ਹੋ ਜੀ ਸਲਾਮ ਹੈ ਚਾਚਾ ਹੱਥ ਖੋਲ ਕੇ ਬਈ ਜਸ਼ਨ ਬੜੀ ਮਿਹਰਬਾਨੀ ਲਫ਼ਜ਼ਾਂ ਦੀ ਗੌਰ ਕਰਨਾ ਫਰਦਸਾਨੀ ਪੜ੍ਹਦੀ ਨਹੀਂ ਅਲੀ ਵਾਲਿਆਂ ਦਿਲਾਂ 'ਤੇ ਨਕਸ਼ ਕਰਨ ਲੱਗਾ ਅਲੀ ਮੌਲਾ ਜ਼ਮਾਨੇ ਮੇਂ ਤੇਰੇ ਇਸ ਘਰ ਕੇ ਕਿਆ ਕਹਿਨੇ ਅਲੀ ਮੌਲਾ ਜ਼ਮਾਨੇ ਮੇਂ ਤੇਰੇ ਇਸ ਘਰ ਕੇ ਕਿਆ ਕਹਿਨੇ ਜਹਾਂ ਸਰਵ ਵੀ ਰੁਕਤਾ ਹੈ ਤੇਰੇ ਉਸ ਦਰ ਕੇ ਕਿਆ ਬਹੁਤ ਮਿਹਰਬਾਨੀ ਅਲੀ ਮੌਲਾ ਜ਼ਮਾਨੇ ਮੇਂ ਤੇਰੇ ਇਸ ਘਰ ਕੇ ਕਿਆ ਕਹਿਨੇ ਜਹਾਂ ਸਰਵਰ ਵੀ ਰੁਕਤਾ ਹੈ ਤੇਰੇ ਉਸ ਦਰ ਕੇ ਬੋਲਿਆ ਬਾਈ ਮੇਰੇ ਨਾਲ ਜਿਗਰ ਰੱਖਣ ਲੱਗਾ ਮੈਂਬਰ ਤੇ ਬਾਈ ਜਾਨ ਜਾਣ ਦਿਨ ਦਿਨ ਰਾਤ ਦੀਆਂ ਨੌਕਰੀਆਂ ਕਰਕੇ ਮੈਂ ਥੱਕਿਆ ਹੋਇਆ ਲੇਕਿਨ ਮੈਂ ਕੰਜੂਸੀ ਨਹੀਂ ਕਰਦਾ ਪਿਆ ਕਿਉਂਕਿ ਮੈਂ ਨੀਅਤ ਨਾ ਪੜਦਾ ਪਿਆ ਅਤੇ ਜੇ ਮੈਂ ਕੰਜੂਸੀ ਨਹੀਂ ਕਰਨੀ ਤੁਸੀਂ ਕਰਦੇ ਚੰਗੇ ਲੱਗਦੇ ਅਲੀ ਮੌਲਾ ਜ਼ਮਾਨੇ ਮੇਂ ਤੇਰੇ ਇਸ ਘਰ ਕੇ ਬੋਲੇ ਬਾਈ ਮੇਰੇ ਨਾਲ ਕਿਆ ਕਹਿਨੇ ਜਹਾਂ ਸਰਵਰ ਵੀ ਰੁਕਤਾ ਹੈ ਤੇਰੇ ਉਸ ਦਰ ਕੇ ਜਹਾਂ ਸਰਵਰ ਵੀ ਰੁਕਤਾ ਹੈ ਤੇਰੇ ਉਸ ਦਰ ਕੇ ਕਿਆ ਕਹਿਨੇ ਮੇਰਾ ਮੌਲਾ ਅਲੀ ਬਾਦਸ਼ਾਹ ਕਿਸ ਜਾਨ ਕਿਸ ਦਾ ਮਾਲਿਕ ਹੈ ਸਰ ਜਨ ਦੀ ਗੱਲ ਕਰੀ ਆ ਗਿਆ ਨਮਾਜ਼ੋਂ ਮੇਂ ਅਜ਼ਾਨੋਂ ਮੇਂ ਅਕਾਮਤ ਮੇਂ ਇਹ ਵਾਜਿਬ ਹੈ ਕੋਈ ਕਹਿਤਾ ਇਸੇ ਬੰਦਾ ਕੋਈ ਕਹਿਤਾ ਇਸੇ ਰੱਬ ਹੈ ਯਹੀ ਕਾਬੇ ਕਾ
گوہر ہے یہی زہرا کا شہر ہے۔ بھائی کیا بات ہے، بہت مہربانی جی، مالک تنہوں سلامت رکھن، بادشاہ تھوڑی زندگی دراز فرماوے۔ اگے تو سمے کلا چار بندے رل گئے میرے، منائیے جشن رل کے سارے، قصیدہ بھی دل جانا ہے ترے شبان کے حوالے نال، اجازت مہاتمیاں دی ایک سلوات پڑھو جی بلند آواز، بلکہ شابان کا قصیدہ نہ سنا دوں، سارے شابان کا جی تھوڑی دل ہوئے، تھوڑے دل ہوئے تو سنا دیے جی، ایک بلند آواز نہ سلوات پڑھ لو والے محمد دا۔ نہ جس میری ذات تے پڑھنی بے شک نہ پڑھے، جس والے محمد دی ذات تے پڑھنی وہ تو بلند آواز نہ پڑھ سکتے نا۔ اجازت دینی ماتمیاں دی، او ہے عرش اعظم پہ نور چھایا کہ آج ماہ شبان آیا، اتنی ہاتھ بلند کر کے بولو علی لال کلندر۔ مالک تنہوں سلامت رکھ، لفظوں کی غور کرنا ہے، عرش اعظم پہ نور چھایا کہ آج ماہ شبان آیا، جب تک تھوڑی بھی گاہ میرے پاس نہیں ہونی میں اتنی کھلوتا ہوں، جگ صاحب میرے بات پڑھنا ہے، بہت مہربانی۔ مالک تنہوں سلامت رکھن، بادشاہ آباد رکھن، ہے عرش اعظم پہ نور چھایا کہ آج ماہ، بولے بھائی میرے نال تھوڑا، کہ آج ماہ شعبان آیا کہ اس مہینے میں صبر کا بھی ہے اور وفا کا قرآن آیا، اور نکیا میں نے ویکھی او لالا او چھوٹے شابش ادھر میں نے ویکھ، کہ اس مہینے میں صبر کا ہی ہے اور وفا کا قرآن آیا، ایک سلوات پڑھ لوں رل کے سارے، مالک تو سلامت رکھن، ترے شبان کی بلا ذہن اچ رہنی چاہیے، ترے شبان شبیر مولا دا نزول ہویا، علی و بطول دا ویڑا، مندر کیڑا بنیا، سارے جن دی گل کیڑی آ گراں، نبی بھی خوش ہیں بھائی کیا بات ہے، بھائی کیا بات ہے، مالک تنہوں سلامت رکھن، بادشاہ آباد رکھن، اجازت ہے شیر پڑھا، ترے شبان دے نچرنی چاہیے، تھوڑا قصور ہی کوئی نہیں، موسم ہی کچھ ایہو جہا بنے
ਤੇ ਮਾਹੌਲ ਵੀ ਸੋਹਣਾ ਬਣ ਗਿਆ, ਐਸਾ ਸੋਹਣਾ ਕਿ ਸੁਭਾਨ ਅੱਲਾ। ਮਾਲਿਕ ਤੋਂ ਸਲਾਮ ਰੱਖਣ ਬਾਈ ਨਾ ਸ਼ੇਰ ਪੜ ਲਗਾ, ਲਫ਼ਜ਼ਾਂ ਤੇ ਗੌਰ ਕਰਨਾ ਤੇ ਗੱਲ ਕਿਹੜੀ ਆ ਕਰਿਆ। ਨਬੀ ਵੀ ਖੁਸ਼ ਹੈ ਨੌਕਰ ਬੈਠੇ ਹੋ। ਮੈਂ ਪਹਿਲੀ ਗੱਲ ਕੀਤੀ ਆ, ਹੱਥ ਬੁਲੰਦ ਕਰਨ ਨਾਲ ਵਕਤ ਬੁਲੰਦ ਹੁੰਦਾ ਹੈ ਕਿ ਬਲਾ ਐਸਾ ਮਾਹੌਲ ਆ ਗਿਆ, ਚੰਗੇ ਮੋਬਾਈਲ ਆ ਗਏ, ਆਈਫੋਨ ਸੈਮਸੰਗ, ਜਿਹਨਾਂ ਕੋਲ ਚੰਗੇ ਉਹ ਤਾਂ ਬੋਲ ਸਕਦੇ ਹੋ, ਜਿਹੜੇ ਮੂਵੀ ਬਣਾਉਂਦੇ ਹੋ ਚੰਗੇ ਫੋਨ ਆ ਗਏ ਨਾ ਜੀ। ਘਰ 'ਚ ਆ ਜਾਵੇ ਕੋਈ ਪੋਤਰਾ ਮੋਬਾਈਲ ਲੈ ਕੇ ਆ ਜਾਵੇ ਤਾਂ ਕੋਈ ਬਾਬੇ ਦੇ ਟਾਈ ਚੜ੍ਹ ਜਾਵੇ ਨਾ, ਉਹ ਬੇਸ਼ੱਕ ਬਾਬਾ ਹੀ ਹੋਵੇ, ਉਹ ਸੋ ਕਿਉਂਕਿ ਹੱਥ ਚਾਹ ਲੈਣਾ ਹੁੰਦਾ ਵਾ, ਪੁੱਤਰ ਮੇਰੀ ਵੀ ਸੈਲਫੀ ਆ ਹੀ ਜਾਏ, ਫਰੰਟ ਕੈਮਰੇ ਤੋਂ ਮੇਰੀ ਵੀ ਚੰਗੀ ਫੋਟੋ ਆ ਹੀ ਜਾਏ, ਨਤੀਜੇ 'ਤੇ ਆਉਣ ਲੱਗਾ ਜੇ ਗੱਲ ਮੈਂ ਕਰਨੀ, ਨਤੀਜੇ ਦੀ ਆਵਾਜ਼ ਇੱਥੋਂ ਆਉਣੀ ਹੈ, ਮੇਰੀ ਵੀ ਚੰਗੀ ਸੈਲਫੀ ਆ ਜਾਏ, ਮੇਰੀ ਵੀ ਚੰਗੀ ਫੋਟੋ ਆ ਜਾਏ, ਚਲੋ ਮੇਰੀ ਵੀ ਚੰਗੀ ਫੋਟੋ ਆ ਜਾਏਗੀ। ਜਿੱਡਾ ਵੀ ਔਖਾ ਹੋਵੇ ਬਾਬਾ ਹੋਵੇ, ਹੱਥ ਚਾਹ ਲੈਂਦਾ ਅਤੇ 14 ਦੀ ਕਚਹਿਰੀ ਹੈ ਜਿੱਥੇ ਅਲੀ ਰਿਜ਼ਕ ਤਕਸੀਮ ਕਰਦੇ ਨੇ, ਆਪਣਾ ਹਿੱਸਾ ਵੀ ਨਹੀਂ ਮੰਗ ਸਕਦੇ। ਮਾਲਿਕ ਤੁਹਾਨੂੰ ਸਲਾਮਤ ਰੱਖਣ। ਪਹਿਲੇ ਗੱਲ ਕੀਤੀ ਆ, ਹੱਥ ਬੁਲੰਦ ਕਰਨ ਨਾਲ ਵਕਤ ਬੁਲੰਦ ਹੁੰਦਾ। ਜਿਹੜੇ ਗਾਜ਼ੀ ਦੇ ਨੌਕਰ ਬੈਠੇ ਹੋ, ਚਾਰ ਸ਼ਾਮਾਨ ਅਲਮਾਲੇ ਬਾਦਸ਼ਾਹ ਦਾ ਨਜ਼ੂਲ ਹੋਇਆ ਕਿ ਬਲਾ ਉੱਧਰ ਪਾਕ ਸੈਣ ਜ਼ਹਰਾ ਦੀ ਝੋਲੀ, ਇੱਧਰ ਸੈਣ ਉਮਲ ਬਨੀਨ ਦੀ ਝੋਲੀ। ਬਈ ਲਫ਼ਜ਼ਾਂ ਨਾਲ ਪਿਆਰ ਕਰਦੇ ਹੋ ਜਿਹੜੇ ਬੰਦੇ, ਕਿਬਲਾ ਬਹੁਤ ਪਿਆਰਾ ਸ਼ੇਰ ਲਿਖਿਆ ਸਾਕਿਬ ਜਾਫਰੀ ਸਾਹਿਬ, ਮਾਲਿਕ ਤੁਹਾਨੂੰ ਸਲਾਮਤ ਰੱਖਣ। ਬਹੁਤ ਪਿਆਰਾ ਕਸੀਦਾ, ਲਫ਼ਜ਼ਾਂ ਦੇ ਗੌਰ ਕਰਨਾ ਬਾਈ ਜਾਨ। ਅਲਮਾਲੇ ਸਰਦਾਰ ਦਾ ਨਜ਼ੂਲ ਹੋਇਆ, ਚਾਰ ਸ਼ਾਬਾਨ ਜ਼ਿਹਨ 'ਚ ਰਹੇ, ਜੇ ਤੁਹਾਡੀ ਯਾਦ ਤੋਂ ਚਾਰ ਸ਼ਾਬਾਨ ਜ਼ਿਹਨ 'ਚ ਰੱਖੋ ਤਾਂ ਸ਼ੇਰ ਸੁਣਾ ਦੇਵਾਂ ਜੀ, ਸਾਰੀ ਦੀ ਮਰਜ਼ੀ ਹੈ। ਮਾਲਿਕ ਤੁਹਾਨੂੰ ਸਲਾਮਤ ਰੱਖੋ, ਚਾਰ ਸ਼ਾਬਾਨ ਜ਼ਿਹਨ 'ਚ ਰਹੇ, ਸਰ ਚੜ੍ਹਨ ਦੀ ਗੱਲ ਕਿਹੜੀ ਆ ਕਰਿਆ ਕਿ ਚਾਰ ਸ਼ਾਬਾਨ ਲੁਤਫਾਇਆ ਜਨਾਬ ਨੇ ਅਗਲਾ ਕਸੀਦਾ ਪੜ੍ਹੀਏ ਜੀ, ਬਿਸਮਿਲ੍ਲਾ ਬਾਈ ਜਾਨ। ਮਾਲਿਕ ਤੁਹਾਨੂੰ ਸਲਾਮਤ ਰੱਖਣ, ਦਿਲ ਚਾਹੁੰਦੇ ਅਗਲਾ ਕਸੀਦਾ ਵੀ ਸੁਣਾ ਦੇਵਾਂ। ਇਹ ਤੇ ਹੀ ਅਲਮਾ ਵਾਲੇ ਬਾਦਸ਼ਾਹ ਦਾ ਨਜ਼ੂਲ, ਹੁਣ ਸ਼ਬੀਰ ਮੌਲਾ ਦਾ ਨਜ਼ੂਲ ਸੁਣਾਵਾਂ ਅਤੇ ਜਨਾਬ ਨੂੰ ਸਲਾਮ ਕਰ ਜਾਣਾ। ਸ਼ਬੀਰ ਮੌਲਾ ਦਾ ਨਜ਼ੂਲ ਹੋਇਆ ਕਿਬਲਾ ਸਰਕਾਰੀ ਮੁਹੰਮਦ ਮੁਸਤਫਾ ਬਮਾ ਯੰਤਕ ਨਿਲ ਹਵਾ ਦਾ ਮਿਸਦਾਕ ਨਬੀ, ਅੱਲਾਹ ਦੀ ਮਰਜ਼ੀ ਤੋਂ ਬਗੈਰ ਨੁਤਕ ਨਾ ਹਲਾਵਣ ਵਾਲਾ ਨਬੀ। ਸਰਕਾਰੀ ਮੁਹੰਮਦ ਮੁਸਤਫਾ ਆਪਣੇ ਨਵਾਸੇ ਨੂੰ ਹੱਥਾਂ 'ਤੇ ਚਾਇਆ, ਪੇਸ਼ਾਨੀ 'ਤੇ ਬੋਸਾ ਦਿੱਤਾ। ਤੁਸੀਂ ਨਸਰ ਸੁਣਨੀ, ਤੁਹਾਨੂੰ ਸ਼ੇਰ ਦਾ ਲੁਤਫਾ ਹੈ, ਕਸੀਦੇ ਦਾ ਲੁਤਫਾ ਹੈ। ਪੇਸ਼ਾਨੀ 'ਤੇ ਬੋਸਾ ਦਿੱਤਾ, ਲੈ ਕੇ ਮਸਜਿਦ ਵਾਲੇ ਪਾਸੇ ਟੁਰ ਪਿਆ। ਲੋਕਾਂ ਦਾ ਰਸ਼ ਵੱਧ ਗਿਆ, ਬਾਦਸ਼ਾਹ ਕਿਆ ਚਾਹੀ ਆਉਂਦੇ ਹੋ? ਸਰਕਾਰ ਜਿਹੜਾ ਤਾਰਫ ਪੇਸ਼ ਕੀਤਾ ਸੁਣਾਵਾਂ ਜੀ। ਰਸੂਲ ਖੁਦਾ ਸਰਵਰ ਕਾਇਨਾਤ ਬਾਦਸ਼ਾਹ ਜਿਹੜਾ ਤਾਰਫ ਪੇਸ਼ ਕੀਤਾ ਸੁਣਾਵਾਂ ਜੀ। ਪਿਛਲੇ ਤੁਹਾਡੀ ਮਰਜ਼ੀ ਹੈ, ਉੱਥੋਂ ਇੱਕ ਬੰਦਾ ਨਾਰਾ ਲਾਓ ਅਤੇ ਜਿਹੜੀ ਨਬੀ ਗੱਲ ਕੀਤੀ ਉਹ ਸੁਣਾਵਾਂ ਮੈਂ ਤੁਹਾਨੂੰ। ਇਹ ਨਹੀਂ ਬਈ, ਸਾਰੇ ਹੱਥ ਬੁਲੰਦ ਕਰਕੇ ਫਲਸੀਗਾ ਅਪਨਾਰਾ ਹੈ ਲਰੀ। ਮੇਰਾ ਸ਼ਬੀਰ ਕੁਰਾਨ ਹੈ ਜਿਸ ਕੀ ਕੁਰਾਨ ਤਿਲਾਵਤ ਕਰੇਗਾ। ਕਿ ਬੋਲਾ ਮੈਂ ਨਹੀਂ ਪਿਆਦਾ, ਕਾਲੀ ਕਮਲੀ ਵਾਲਾ ਮੁਹੰਮਦ ਮਿੱਠਾ ਮਦਨੀ ਨਵਾਸੇ ਨੂੰ ਹੱਥਾਂ 'ਤੇ ਜਾਇਆ ਅਤੇ ਲੋਕਾਂ ਦੇ ਬਦਲੇ ਕੇ ਪਿਆ ਦੇਣ। ਮੇਰਾ ਸ਼ਬੀਰ ਕੁਰਾਨ ਹੈ ਬੋਲੋ ਅਲੀ ਲਾਲ ਕਾਲ ਅੰਦਰ
ਪਿਆਦਾ ਕਾਲੀ ਕਮਲੀ ਵਾਲ ਮੁਹੰਮਦ ਮਿੱਠਾ ਮਦਨੀ ਹੁਸੈਨ ਨੂੰ ਹੱਥ ਨਚਾਇਆ ਤੇ ਲੋਕਾਂ ਦੇ ਪਾਸ ਵੇਖ ਕੇ ਜਿਹੜਾ ਤਾਰਫ ਪੇਸ਼ ਕੀਤਾ ਉਹ ਸੁਣਾਉਣ ਲੱਗਾ ਉਹ ਫਰਮੈਂਦਨ ਮੇਰਾ ਸ਼ਬੀਰ ਕੁਰਾਨ ਹੈ ਇਸ ਕੀ ਕੁਰਾਨ ਤਿਲਾਵਤ ਕਰੇਗਾ ਨਬੀ ਪਿਆਦੇ ਤਿਲਾਵਤ ਕਰੇਗਾ ਉਸਕੀ ਬੇਕਾਰ ਇਬਾਦਤ ਹੈ ਇਸਕੇ ਬਿਨ ਜੋ ਇਬਾਦਤ ਕਰੇਗਾ ਮੌਲਾ ਤੁਹਾਨੂੰ ਸਲਾਮਤ ਰੱਖਣ ਲੱਗਦਾ ਕਸੀਦਾ ਚੇਂਜ ਕਰਨਾ ਪੈਣਾ ਮੈਨੂੰ ਅੱਧੇ ਬੰਦੇ ਸੌਣ ਲੱਗ ਪਏ ਹੈ ਜੀ ਥੋੜ੍ਹਾ ਚੇਂਜ ਕਰ ਲਈ ਕਸੀਦਾ ਹੋ ਅਲੀ ਮੌਲਾ ਅਲੀ ਮੌਲਾ ਅਲੀ ਮੌਲਾ ਅਲੀ ਮੌਲਾ ਅਲੀ 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 ਮੌਲਾ ਅਲੀ ਮੌਲਾ ਅਲੀ ਮੌਲਾ ਅਲੀ ਮੌਲਾ ਅਲੀ ਮੌਲਾ ਅਲੀ ਅਲੀ ਮੌਲਾ ਅਲੀ ਮੌਲਾ ਅਲੀ ਮੌਲਾ ਅਲੀ ਮੌਲਾ ਅਲੀ 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 ਮੌਲਾ ਅਲੀ ਮੌਲਾ ਅਲੀ ਮੌਲਾ ਅਲੀ ਮੌਲਾ ਅਲੀ 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 ਮੌਲਾ ਅਲੀ ਮੌਲਾ ਅਲੀ ਮੌਲਾ ਅਲੀ ਮੌਲਾ ਹੋਰ ਹਲਕੇ ਬਣਾਈ ਦੀ ਜਿਸ ਸਾਨੀ ਪੜਨੇ ਨਹੀਂ ਅਲੀ ਵਾਲੇ ਦੇ ਦਿਲਾਂ ਤੇ ਨਕਸ਼ ਕਰ ਲਗਾ ਤੇ ਬੰਦੇ ਲਫਜ਼ ਨਾਲ ਪਿਆਰ ਕਰੇ ਉਹ ਚਾਲੀ ਲਾਲ ਕਲੰਦਰ ਗੱਲ ਕਿਹੜੀ ਪਿਆ ਅਲੀ ਮੌਲਾ ਅਲੀ ਮੌਲਾ ਅਲੀ ਮੌਲਾ ਅਲੀ ਮੌਲਾ ਜਿਹੜੇ ਅਲਮਾਲ ਦੇ ਨੌਕਰ ਬੈਠੇ ਹੋ ਅਲੀ ਦੇ ਪੁੱਤਰਾਂ ਦਾ ਜਿਹੜੇ ਚੁੱਕਰ ਖਾਂਦੇ ਹੋ ਕੈਮਰਾਮੈਨ ਉਸ ਬੰਦੇ ਦੀ ਮੂਵੀ ਬਣਾ ਵੀ ਜਿਹੜਾ ਖਾਂਦਾ ਵੀ ਅਲੀ ਦੇ ਪੁੱਤਰਾਂ ਦੇ ਪਿੰਡਾਂ ਨੇ ਸਿਰ ਸੁੱਟ ਕੇ ਬਹਿ ਗਏ ਮੈਂ ਪਹਿਲੇ ਗੱਲ ਕੀਤੀ ਹੁਣ ਹਰ ਜ਼ਬਾਨ ਚ ਅਲੀ ਅਲੀ ਦੀ ਸਦਾ ਨਾ ਵਿੱਚ ਮੈਂ ਵੀ ਆਲੀਆ ਦੀ ਦਹਿਲੀਜ਼ ਤੇ ਸਜਦਾ ਹੀ ਨਹੀਂ ਕੀਤਾ ਛੱਤ ਤੇ ਆਲਮ ਨਿਸ਼ਾਨ ਸ਼ਾਬਾਸ਼ ਉੱਚਾ ਬੋਲੋ ਹੈਦਰ ਹੈਦਰ ਭਾਈ ਕੀ ਬਾਤ ਹੈ ਵਸਦੇ ਰਹੋ ਅੱਗੇ ਪੜ੍ਹੀਏ ਸਾਰਿਆਂ ਦੀ ਮਰਦੀ ਚਲੋ ਇਹ ਸਾਰੇ ਰਲ ਗਏ ਜਿਹੜੇ ਤੁਸੀਂ ਪਿੱਛੇ ਬੈਠੇ ਤੁਹਾਨੂੰ ਵੀ ਲਾ ਲਵਾਂ ਕੀ ਬੜਾ ਲੱਗ ਦਵਾਕਾ ਆ ਚੋਲੀ ਲਾਲ ਕਲੰਦਰ ਅਲੀ ਮੌਲਾ ਅਲੀ ਮੌਲਾ ਅਲੀ ਮੌਲਾ ਅਲੀ ਮੌਲਾ ਕਿਹੜੇ ਬੰਦੇ ਨੂੰ ਕਿੰਨੀ ਖੁਸ਼ੀ ਜਸ਼ਨ ਦੀ ਬੋਲ ਲੱਗ ਪਏ ਤੇ ਕਿਸੇ ਹੋਰ ਦੇ ਦਿਲੇ ਉਹ ਵੀ ਆ ਸਕਦਾ ਕਿਤਨੇ ਅਲੀ ਬਾਦਸ਼ਾਹ ਦੇ ਨੌਕਰ ਬੈਠੇ ਉਹ ਜਿਹੜਾ ਮੁਨਕਰ ਪੀਰ ਅਲੀ ਦੀ ਵਿਲਾ ਦਾ ਉਹਦੀ ਗਲਤੀ ਕੋਈ ਨਹੀਂ ਕੰਮ ਉਹਦੀ ਮਾਂ ਦਾ ਸ਼ਾਬਾਸ਼ ਬੋਲੋ ਹੈਦਰ ਹੈਦਰ ਕਿਆ ਬਾਤ ਹੈ ਇਹ ਮਿਆਰੇ ਇਹ ਮਿਆਰੇ ਕਾਮੂ ਦੀ ਮਾਂ ਦਾ ਹੈ ਬਾਈ ਸੁਭਾਨ ਅੱਲਾ ਐਸਾ ਜ਼ਹੀਨ ਮਜਮਾ ਲੋ ਅਗਲਾ ਸ਼ੇਰ ਪੜ ਲਗਾ ਕਿਬਲਾ ਐਡੀ ਸੋਹਣੀ ਦੁਆ ਮਿਲ ਗਈ ਮਾਤਮੀਆਂ ਕੋਲੋਂ ਮੈਨੂੰ ਜ਼ਿਕਰ ਦੀ ਇੱਜ਼ਤ ਦੀ ਕਸਮੇ ਪੂਰਾ ਪਿੰਡਾਲ ਪੈਰਾਂ ਤੇ ਖਲੋ ਕੇ ਦੱਸ ਦੇਵੇ ਗੁਜਰਾਤੀਆਂ ਦੀਆਂ ਸਤਰਾਂ ਦੀ ਜਿਹੜੇ ਬੰਦੇ ਅਲੀ ਦਾ ਟੁੱਕਰ ਖਾਂਦੇ ਹੋ ਸਰ ਚੜ੍ਹਨ ਗੱਲ ਕਿਹੜੀ ਆਗਰਾ ਅਲੀ ਮੌਲਾ ਅਲੀ ਮੌਲਾ ਅਲੀ ਮੌਲਾ ਅਲੀ ਮੌਲਾ ਥੋੜੀ ਦੇਰ ਲਈ ਮੈਨੂੰ ਵੀ ਆ ਕੇ ਰਜੋਇਆ ਲਿਓ ਜਿਹੜਾ ਬੰਦਾ ਚੁੱਪ ਦਾ ਗੱਪ ਜਿੱਤਣਾ ਹੈ ਉਹਦੇ ਤੋਂ ਮਾਫੀ ਮੇਰੀ ਅਲੀ ਮੌਲਾ 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 ਅਲੀ ਮੌ
ਇੱਥੇ ਪੂਰਾ ਪਿੰਡਾਲ ਪਹਿਰਾਂ ਤੇ ਖਲੋ ਕੇ ਦੱਸ ਦੇਵੇ ਨਾ, ਜ਼ਿਕਰ ਦੀ ਇੱਜ਼ਤ ਦੀ ਕਸਮੇ ਸਤਰਾਂ ਵੜੀਆਂ ਨੇ, ਵੇਖਣ ਲੱਗਾ ਮਾਤਮੀ ਕਿਵੇਂ ਇਸਤਕਬਾਲ ਕਰਦੇ। ਹੱਸਦੇ ਨੇ